ਸਤਿ ਸ਼੍ਰੀ ਅਕਾਲ। ਮੁੱਦੇ ਕੀ ਬਾਤ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ। ਅੱਜ ਅਸੀਂ ਇੱਕ ਵਾਰ ਫਿਰ ਤੋਂ ਗੱਲ ਕੇਂਦਰ ਅਤੇ ਸੂਬਿਆਂ ਦੇ ਰਿਸ਼ਤਿਆਂ ਅਤੇ ਸ਼ਕਤੀਆਂ ਦੀ ਵੰਡ ਬਾਰੇ ਕਰਾਂਗੇ। ਕੱਲ੍ਹ ਦਿੱਲੀ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਦੇ ਸਾਰੇ ਸੂਬਿਆਂ ਦੀ ਇੰਟਰ ਸਟੇਟ ਕੌਂਸਲ ਮੀਟਿੰਗ ਹੋਈ ਹੈ। ਤਕਰੀਬਨ 10 ਸਾਲ ਬਾਅਦ ਹੋਈ ਇਸ ਮੀਟਿੰਗ ਵਿੱਚ ਵੱਖੋ ਵੱਖ ਸੂਬਿਆਂ ਨੇ ਆਪਣੀ ਰਾਏ ਰੱਖੀ ਹੈ। ਪੰਜਾਬ ਵੱਲੋਂ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਅਤੇ ਸੂਬਿਆਂ ਨੂੰ ਹੋਰ ਜ਼ਿਆਦਾ ਸ਼ਕਤੀਆਂ ਦੇਣ ਦੀ ਮੰਗ ਕੀਤੀ। ਅੱਜ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਭਾਰਤ ਵਿੱਚ ਕੇਂਦਰੀ ਤਾਕਤ ਅਤੇ ਫੈਡਰਲ ਜਾਂ ਫਿਰ ਸੂਬਿਆਂ ਦੀ ਤਾਕਤ ਵਿੱਚ ਕਿੰਨਾ ਬਦਲਾਅ ਲੋੜੀਂਦਾ ਹੈ ਅਤੇ ਪੰਜਾਬ ਨੂੰ ਮੌਜੂਦਾ ਕੇਂਦਰ ਸਰਕਾਰ ਤੋਂ ਕਿੰਨੀ ਕੁ ਆਸ ਹੈ। ਕੱਲ੍ਹ ਹੋਈ ਇੰਟਰਸਟੇਟ ਮੀਟਿੰਗ ਨੂੰ ਲੈ ਕੇ ਉਪ ਮੁੱਖ ਮੰਤਰੀ ਨੇ ਅੱਜ ਵੀ ਅਹਿਮ ਬਿਆਨ ਦਿੱਤਾ ਅਤੇ ਕਿਹਾ ਕਿ ਉਹ ਕਈ ਦਹਾਕਿਆਂ ਤੋਂ ਸੂਬਿਆਂ ਲਈ ਵੱਧ ਸ਼ਕਤੀ ਦੀ ਮੰਗ ਕਰਦੇ ਆ ਰਹੇ ਨੇ ਅਤੇ ਮੌਜੂਦਾ ਪ੍ਰਧਾਨ ਮੰਤਰੀ ਤੋਂ ਉਹਨਾਂ ਨੂੰ ਕਾਫੀ ਆਸ ਹੈ। ਉਧਰ ਬੀਜੇਪੀ ਦਾ ਵੀ ਕਹਿਣਾ ਹੈ ਕਿ ਕੇਂਦਰ ਅਤੇ ਸੂਬਿਆਂ ਵਿਚਾਲੇ ਪਾੜਾ ਵਧਾਉਣ ਲਈ ਕਾਂਗਰਸ ਜ਼ਿੰਮੇਵਾਰ ਰਹੀ ਹੈ, ਜਿਸ ਨੂੰ ਹੁਣ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਨੀਵਾਰ ਨੂੰ ਹੋਈ ਇੰਟਰ ਸਟੇਟ ਕੌਂਸਲ ਦੀ ਮੀਟਿੰਗ ਦੀ ਸਫਲਤਾ ਨੂੰ ਲੈ ਕੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 10 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਇਸ ਤਰ੍ਹਾਂ ਦੀ ਅਹਿਮ ਬੈਠਕ ਹੋਈ ਹੈ, ਜਿਸ 'ਚ ਸੂਬਿਆਂ ਅਤੇ ਦੇਸ਼ ਦੇ ਅਤਿ ਮਹੱਤਵਪੂਰਨ ਮੁੱਦੇ ਉੱਠੇ। ਹਾਲਾਂਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੀਡੀਆ 'ਚ ਆਏ ਆਪਣੇ ਇੰਟਰ ਸਟੇਟ ਕੌਂਸਲ ਦੌਰਾਨ ਦਿੱਤੇ ਬਿਆਨ ਤੇ ਕਿਹਾ ਕਿ ਮੀਡੀਆ ਨੇ ਉਸ ਦੇ ਬਿਆਨ ਨੂੰ ਗਲਤ ਮਤਲਬ ਸਮਝਿਆ ਹੈ। Actually, I read the today's paper, which was completely misquoted my speech and my sentiments. What I had said was that Shromani Akali Dal always stood by federal structure. We are the only party since last 20 years been raising the issue of that more powers to the states. ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੈਠਕ ਵਿੱਚ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੂਬਿਆਂ ਨੂੰ ਅਧਿਕਾਰ ਦੇਣ ਦੇ ਮੁੱਦੇ ਚੁੱਕੇ ਗਏ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਲੰਬੇ ਵਕਤ ਤੋਂ ਸੂਬੇ ਦੇ ਮੁੱਦੇ ਉਠਾਉਂਦਾ ਰਿਹਾ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸੂਬਿਆਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਨੇ। ਐਂਡ ਦਿਸ ਇਜ਼ ਦ ਫਰਸਟ ਟਾਈਮ ਵੀ ਹੈਵ ਅ ਵੈਰੀ ਸਟਰੋਂਗ ਐਂਡ ਡਿਸਾਈਸਿਵ ਪ੍ਰਾਈਮ ਮਿਨਿਸਟਰ ਹੂ ਹਿਮਸੈਲਫ ਹੈਜ਼ ਬੀਨ ਦ ਚੀਫ ਮਿਨਿਸਟਰ ਐਂਡ ਅੰਡਰ ਹਿਮ ਸਿੰਸ ਹੀ ਇਜ਼ ਕਮ ਹੀ ਇਜ਼ ਬ੍ਰੌਟ ਅਬਾਊਟ ਲੋਟ ਆਫ ਚੇਂਜਸ ਪ੍ਰਾਈਮ ਮਿਨਿਸਟਰ ਸਿੰਸ ਹੀ ਹੈਡ ਬੀਨ ਦ ਚੀਫ ਮਿਨਿਸਟਰ And we have a right prime minister who has also been the chief minister who knows the problems and keeping that in mind we have the right person in the right place now ਉਥੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ ਕਾਫੀ ਕੁਝ ਦਿੱਤਾ ਹੈ ਇਸ ਮੋਦੀ ਸਾਹਿਬ ਦੀ ਸਰਕਾਰ ਆਈ ਹੈ ਉਹਨਾਂ ਨੇ ਸੂਬਿਆਂ ਨੂੰ ਅਧਿਕਾਰ ਕਾਫੀ ਦਿੱਤੇ ਹੈ ਫਾਈਨੈਂਸ਼ੀਅਲ ਵੀ ਦਿੱਤੇ ਹੈ 32 ਤੋਂ 42 ਕਰਤਾ ਜੋ ਹਿਸਾਬ ਦਾ ਟੈਕਸ ਆ ਦਾ 32 ਤੋਂ 42 ਫੈਡਰਲ ਸਿਸਟਮ ਲਾਗੂ ਹੋਇਆ ਹਾਂਜੀ ਫੈਡਰਲ ਸਿਸਟਮ ਲਾਗੂ ਹੋਇਆ ਫੈਡਰਲ ਸਿਸਟਮ ਹੈ ਸਟੈਪ ਬਾਈ ਸਟੈਪ ਹੋਏਗਾ ਅਸੀਂ ਕਾਫੀ ਕਦਮ ਅੱਗੇ ਵਧੇ ਹਾਂ ਇਹ ਕਾਂਗਰਸ ਰਾਜ ਦੀਆਂ ਪੁਰਾਣੀਆਂ ਮਿਸਅੰਡਰਸਟੈਂਡਿੰਗਸ ਨੇ ਜਿਹੜਾ ਸਿਸਟਮ ਉਹਨਾਂ ਨੇ ਬਣਾਇਆ ਸੈਂਟਰ ਵਰਸਿਸ ਸਟੇਟ ਮੋਦੀ ਜੀ ਤੇ ਬਹੁਤ ਬਾਰ ਬਾਰ ਕਹਿ ਚੁੱਕੇ ਨੇ ਕਿ ਅਸੀਂ ਸਟੇਟਸ ਨੂੰ ਸਟਰੋਂਗ ਕਰਨਾ ਸਟੇਟਸ ਨੂੰ ਫੈਸਿਲੀਟੇਟ ਕਰਨਾ ਤੇ ਪ੍ਰੋਸੈਸ ਇਜ਼ ਔਨ ਅਸਲ 'ਚ ਪ੍ਰਧਾਨ ਮੰਤਰੀ ਦੇ ਨਾਲ ਹੋਈ ਇੰਟਰ ਸਟੇਟ ਮੀਟਿੰਗ 'ਚ ਕੇਂਦਰ ਅਤੇ ਸੂਬਿਆਂ ਦੇ ਦਰਮਿਆਨ ਬਿਹਤਰ ਸਬੰਧਾਂ ਦੇ ਨਾਲ ਨਾਲ ਕੰਮ ਕਰਨ ਦਾ ਮੁੱਦਾ ਉੱਠਿਆ ਸੀ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਕਿ ਉਹਨਾਂ ਨੇ ਕੇਂਦਰ ਤੋਂ ਵੱਧ ਸਹਿਯੋਗ ਦੀ ਮੰਗ ਕੀਤੀ ਹੈ ਰਿਪੋਰਟ ਜ਼ੀ ਬਿਜ਼ਨਸ ਅਤੇ ਗੱਲ ਅਸੀਂ ਕਰਾਂਗੇ ਸੂਬਿਆਂ ਅਤੇ ਕੇਂਦਰ ਦੇ ਵਿਚਾਲੇ ਰਿਸ਼ਤਿਆਂ ਦੀ ਖਾਸ ਕਰਕੇ ਪੰਜਾਬ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਜਿਹੜੇ ਪਹਿਲਾਂ ਰਿਸ਼ਤੇ ਰਹੇ ਨੇ ਅਤੇ ਹੁਣ ਕਿਸ ਤਰ੍ਹਾਂ ਦੇ ਰਿਸ਼ਤੇ ਬਣਦੇ ਆ ਰਹੇ ਨੇ ਕੀ ਇਹ ਸਿਰਫ ਸਰਕਾਰਾਂ ਬਦਲਣ ਦੇ ਨਾਲ ਜਿਹੜਾ ਸੂਬਿਆਂ ਦੇ ਨਾਲ ਸੰਬੰਧ ਹੁੰਦਾ ਹੈ ਜਾਂ ਫਿਰ ਕੁਝ ਹੋਰ ਗੱਲ ਹੈ ਜਾਂ ਕਾਨੂੰਨ ਅਜਿਹੇ ਬਣਨੇ ਚਾਹੀਦੇ ਇਹ ਸਭ ਦੇ ਬਾਰੇ ਚਰਚਾ ਕਰਾਂਗੇ ਅਤੇ ਸਭ ਤੋਂ ਜਿਹੜੇ ਅਹਿਮ ਸਵਾਲ ਜਿਹੜੇ ਉੱਠਦੇ ਨੇ ਇਸ ਮੁੱਦੇ ਦੇ ਪਹਿਲਾਂ ਉਸ ਦੇ ਬਾਰੇ ਤੁਹਾਨੂੰ ਦੱਸ ਦਈਏ ਪਹਿਲਾ ਸਵਾਲ ਇਹ ਕਿ ਸਟੇਟ ਕੌਂਸਲ ਦੀ ਬੈਠਕ ਵਿੱਚ ਸੁਖਬੀਰ ਸਿੰਘ ਬਾਦਲ ਦੇ ਸੂਬਿਆਂ ਨੂੰ ਹੋਰ ਜ਼ਿਆਦਾ ਸ਼ਕਤੀਆਂ ਦੇਣ ਦੀ ਮੰਗ ਦੇ ਕੀ ਮਾਇਨੇ ਨੇ ਜਿਸ ਤਰ੍ਹਾਂ ਦੇ ਨਾਲ ਵੱਧ ਸ਼ਕਤੀਆਂ ਦੀ ਮੰਗ ਕੀਤੀ ਗਈ ਹੈ ਕਿ ਜਿਹੜੀ ਲਿਸਟ ਦੀ ਗੱਲ ਕਹੀ ਗਈ ਹੈ ਕਿ ਜਿਹੜੀ ਲਿਸਟਾਂ ਸਨ ਜਿਹੜੀਆਂ ਉਸ ਦੇ ਵਿੱਚ ਬਦਲਾਅ ਦੀ ਗੱਲ ਕੀਤੀ ਗਈ ਹੈ ਕਿ ਜਿਹੜਾ ਵਰਤਮਾਨ ਸਮੇਂ ਦੀ ਜ਼ਰੂਰਤਾਂ ਮੁਤਾਬਕ ਇਸ ਵਿੱਚ ਤਬਦੀਲੀ ਲਿਆਉਣ ਦੀ ਗੱਲ ਕਹੀ ਗਈ ਹੈ ਇਸ ਦੇ ਕੀ ਮਾਇਨੇ ਨੇ ਦੂਜਾ ਸਵਾਲ ਅਹਿਮ ਇਹ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਦੀ ਇਸ ਮੰਗ ਨਾਲ ਪੰਜਾਬ ਵਿੱਚ ਅਕਾਲੀ ਬੀਜੇਪੀ ਦੇ ਰਿਸ਼ਤਿਆਂ ਵਿੱਚ ਫਰਕ ਪਵੇਗਾ ਅਤੇ ਤੀਜਾ ਸਵਾਲ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਇਹ ਮੰਗ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੈ ਜੋ ਇਹ ਵੱਧ ਸ਼ਕਤੀਆਂ ਦੀ ਮੰਗ ਕੀਤੀ ਗਈ ਹੈ
ਤੇ ਤੁਹਾਡੇ ਕੋਲੋਂ ਵੀ ਅਸੀਂ ਸਿੱਧਾ ਸਵਾਲ ਪੁੱਛ ਰਹੇ ਹਾਂ, ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਆਪਣੀ ਰਾਏ ਹਾਂ ਜਾਂ ਨਾ ਵਿੱਚ ਦੇ ਕੇ। ਤੁਹਾਡੇ ਕੋਲੋਂ ਸਵਾਲ ਪੁੱਛ ਰਹੇ ਹਾਂ ਕਿ ਸੂਬਿਆਂ ਨੂੰ ਵੱਧ ਸ਼ਕਤੀਆਂ ਦੇਣ ਦੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮੰਗ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੈ। ਤੁਸੀਂ ਆਪਣੀ ਰਾਏ ਹਾਂ ਜਾਂ ਨਾ ਵਿੱਚ ਸਾਨੂੰ ਭੇਜ ਸਕਦੇ ਹੋ। ਜੇਕਰ ਤੁਹਾਡੀ ਰਾਏ ਹਾਂ ਵਿੱਚ ਹੈ ਤਾਂ ਟਾਈਪ ਕਰੋ ZPHS SPACE DKY, ਅਤੇ ਜੇ ਤੁਹਾਡੀ ਰਾਏ ਨਾ ਵਿੱਚ ਹੈ ਤਾਂ ZPHH SPACE DKN, ਅਤੇ ਇਸ ਨੂੰ ਭੇਜ ਦਿਓ 57575 'ਤੇ SMS ਤੁਸੀਂ ਕਰਨਾ। ਅਤੇ ਤੁਸੀਂ ਸਾਨੂੰ ਸਿੱਧਾ ਫੋਨ ਕਰਕੇ ਵੀ ਸਾਡੇ ਨਾਲ ਜੁੜ ਸਕਦੇ ਹੋ, ਆਪਣੀ ਰਾਏ ਰੱਖ ਸਕਦੇ ਹੋ। ਸਾਡਾ ਟੋਲ ਫਰੀ ਨੰਬਰ ਤੁਹਾਡੇ ਲਈ ਹੈ 1800-1800-3535-35। ਅਤੇ ਜਦੋਂ ਅਸੀਂ ਇਸ ਚਰਚਾ ਦੇ ਦੂਸਰੇ ਹਿੱਸੇ ਵਿੱਚ ਆਵਾਂਗੇ ਬ੍ਰੇਕ ਤੋਂ ਬਾਅਦ, ਤਾਂ ਤੁਹਾਡੀਆਂ ਕਾਲਸ ਵੀ ਅਸੀਂ ਅਟੈਂਡ ਕਰਾਂਗੇ, ਤੁਹਾਡੀ ਰਾਏ ਵੈਸੇ ਲਵਾਂਗੇ। ਅਸੀਂ ਆਪਣੀ ਚਰਚਾ ਨੂੰ ਸ਼ੁਰੂ ਕਰਦੇ ਹਾਂ। ਸਾਡੇ ਨਾਲ ਖਾਸ ਮਹਿਮਾਨ ਜੁੜ ਗਏ ਨੇ, ਉਹਨਾਂ ਦਾ ਪਹਿਲਾਂ ਤੁਹਾਡੇ ਨਾਲ ਤਾਰੁਫ ਕਰਾ ਦਿੰਦੇ ਹਾਂ। ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਚਰਨ ਸਿੰਘ ਬੈਂਸ ਜੀ ਜੁੜ ਰਹੇ ਨੇ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵੀ ਨੇ, ਅਤੇ ਇਸ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਨਾਲ ਵਿਨੀਤ ਜੋਸ਼ੀ ਜੀ ਜੁੜ ਰਹੇ ਨੇ, ਬਹੁਤ ਬਹੁਤ ਸਵਾਗਤ ਕਰਦੇ ਹਾਂ। ਕਾਂਗਰਸ ਵੱਲੋਂ ਸਾਡੇ ਨਾਲ ਇੰਦਰਜੀਤ ਸਿੰਘ ਜੀਰਾ ਜੀ ਜੁੜ ਰਹੇ ਨੇ, ਅਤੇ ਆਮ ਆਦਮੀ ਪਾਰਟੀ ਵੱਲੋਂ ਸਾਡੇ ਨਾਲ ਕਰਨਲ CD ਸਿੰਘ ਕੰਬੋਜ ਜੀ ਜੁੜ ਰਹੇ ਨੇ। ਸਾਰੇ ਮਹਿਮਾਨਾਂ ਦਾ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਆਉਣਾ ਚਾਹੂੰਗਾ ਤੁਹਾਡੇ ਕੋਲ ਹਰਚਰਨ ਸਿੰਘ ਬੈਂਸ ਜੀ। ਮੈਂ ਸਾਹਿਬ, ਕੱਲ੍ਹ ਜਿਸ ਤਰ੍ਹਾਂ ਨਾਲ ਇਹ ਮੀਟਿੰਗ ਦੇ ਵਿੱਚ ਜੋ ਬਿਆਨ ਦਿੱਤਾ ਗਿਆ ਸੀ ਉਪ ਮੁੱਖ ਮੰਤਰੀ ਦੇ ਵੱਲੋਂ, ਅੱਜ ਅਜਿਹਾ ਕਿਉਂ ਇਹ ਹੋਇਆ ਕਿ ਸਫਾਈ ਉਹਨਾਂ ਨੂੰ ਦੇਣੀ ਪਈ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਮੇਰੇ ਬਿਆਨ ਨੂੰ ਮਿਸਕੋਟ ਕੀਤਾ ਗਿਆ, ਇਹ ਕਿਉਂ ਕਰਨਾ ਪਿਆ, ਅੱਜ ਪ੍ਰੈਸ ਨੋਟ ਵੀ ਜਾਰੀ ਕਰਨਾ ਪਿਆ? ਨਹੀਂ ਨਹੀਂ, ਉਹ ਇਸ ਤਰ੍ਹਾਂ ਹੋਇਆ ਕਿ ਜਿਹੜੀ ਤਾਂ ਡਿਪਟੀ CM ਸਾਹਿਬ ਦੀ ਸਪੀਚ ਸੀ ਜੀ, ਉਹ ਰਿਟਨ ਸਪੀਚ ਹੈ ਜੀ, ਔਰ ਜਿਹੜੀ ਉਹਦੇ ਬੇਸ 'ਤੇ ਉਹ ਬੋਲੇ ਸਾਰਾ, ਲੇਕਿਨ ਸਾਰੇ ਮੀਡੀਆ ਨੇ ਨਹੀਂ, ਕੁਛ ਪੋਰਸ਼ਨ ਦੇ ਮੀਡੀਆ ਦੇ ਨੇ, ਕਿਉਂਕਿ ਜਿਹੜਾ ਗੱਲ ਡਿਪਟੀ CM ਸਾਹਿਬ ਨੇ ਕਹੀ ਸੀ ਜੀ, ਉਹ ਕਹੀ ਸੀ ਕਿ ਕਾਫੀ ਲੰਬਾ ਅਰਸਾ, ਕੋਈ 50 ਸਾਲ ਇੱਕੋ ਪਾਰਟੀ ਦਾ ਰਾਜ ਇੱਥੇ ਰਿਹਾ, ਤੇ ਉਸ ਇੱਕ ਪਾਰਟੀ ਨੇ ਡਿਕਟੇਟੋਰੀਅਲ ਟੈਂਡੈਂਸੀ ਨਾਲ, ਜਿਹਨੂੰ ਉਹਨਾਂ ਨੇ ਵਰਡ ਯੂਜ਼ ਕੀਤਾ ਕਿ ਕੰਸਟੀਟਿਊਸ਼ਨਲੀ ਇੱਕ ਤਰ੍ਹਾਂ ਨਾਲ, ਮਤਲਬ ਕਿਹਾ ਜਾਵੇ ਕੰਸਟੀਟਿਊਸ਼ਨ ਦੇ ਡਾਕਾ ਮਾਰਿਆ, ਜਿਹਦੇ ਨਾਲ ਕਿ ਫੈਡਰਲਿਜ਼ਮ ਨੂੰ ਖਤਮ ਕਰਤਾ। ਉਹ ਕੁਛ ਇੱਕ ਹਿੱਸਿਆਂ ਨੇ ਇਸ ਗੱਲ ਨੂੰ ਇੱਦਾਂ ਕਰਤਾ ਕਿ ਨਰਿੰਦਰ ਮੋਦੀ ਜੀ ਦੇ ਨਾਲ ਜੋੜਤਾ ਇਹਨੂੰ, ਤੇ ਉਹ ਉਹਨਾਂ ਨੇ ਦੱਸਿਆ ਵੀ ਮੇਰੀ ਤਾਂ ਰਿਟਨ ਸਪੀਚ ਆ, ਉਹ ਸਾਰੀ ਗੱਲ ਆ ਜਿਹੜੀ ਉਹ ਅਸੀਂ ਲੰਬੇ ਪੂਰੀ 47 ਔਨਵਰਡਸ ਅੱਜ ਤੱਕ ਜਿਹੜਾ ਹੈਗਾ ਉਹਦੇ ਬਾਰੇ ਗੱਲ ਕੀਤੀ ਹੈ। ਸੋ ਇਹ ਹੈ ਜਿਹੜਾ ਸਟੈਂਡ ਆ ਸਾਡਾ, ਉਹ ਬਿਲਕੁਲ ਉਹੀ ਹੈ, ਉਹ 'ਚ ਕੋਈ ਫਰਕ ਨਹੀਂ, ਉਹੀ ਡਿਪਟੀ CM ਸਾਹਿਬ ਨੇ ਦੁਬਾਰਾ ਦੁਹਰਾਇਆ। ਸਿਰਫ ਇੰਨੀ ਕਲੈਰੀਫਿਕੇਸ਼ਨ ਦਿੱਤੀ ਹੈ ਵੀ ਜਿਹੜਾ ਉਹ ਮੈਂ ਗੱਲ ਇਹ ਕੀਤੀ ਹੈ ਕਿ ਕੇਂਦਰ ਨੇ ਰਾਜ ਦੇ ਅਧਿਕਾਰਾਂ ਦੇ ਉੱਤੇ ਡਾਕੇ ਮਾਰੇ ਆ, ਉਹ ਗੱਲ ਉਹ ਕਰ ਰਿਹਾ ਸੀ ਜਿੱਦਾਂ ਮਤਲਬ ਸ਼੍ਰੀਮਤੀ ਇੰਦਰਾ ਗਾਂਧੀ ਦੇ ਐਮਰਜੈਂਸੀ ਦੇ, ਔਰ ਉਹ ਤੋਂ ਬਾਅਦ ਹੋਰ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਿਹੜੇ ਹੋਏ ਨੇ ਉਹਨਾਂ ਨੇ ਜੋ ਰਾਜਾਂ ਦੇ ਅਧਿਕਾਰਾਂ ਉੱਤੇ ਸ਼ਿਫਟ ਕਰਤਾ, ਜਿਹੜੇ ਸਟੇਟ ਸਬਜੈਕਟ ਸੀ ਉਹਨੂੰ ਕਨਕਰੰਟ 'ਤੇ ਪਾਤਾ, ਕਨਕਰੰਟ ਤੋਂ ਚੱਕ ਕੇ ਸੈਂਟਰ 'ਤੇ ਪਾਤਾ, ਇਹ ਤਾਂ ਸਾਰਾ ਕੁਛ ਪਹਿਲਾਂ ਹੋਇਆ ਨਾ ਨਰਿੰਦਰ ਮੋਦੀ ਸਾਹਿਬ ਜੀ ਦੇ ਟਾਈਮ ਦੇ ਉੱਤੇ, ਕੋਨਸਟੀਟਿਊਸ਼ਨਲ ਅਮੈਂਡਮੈਂਟ ਕੋਈ ਨਹੀਂ ਹੋਈ, ਸੋ ਇਸ ਕਰਕੇ ਉਹਨਾਂ ਦਾ ਕੋਈ ਇੰਨਾ ਜ਼ਿਕਰ ਦਾ ਸੰਬੰਧ ਹੀ ਨਹੀਂ ਸੀਗਾ। ਸੋ ਇਸ ਕਰਕੇ ਉਹ ਕਲੈਰੀਫਿਕੇਸ਼ਨ ਸਿਰਫ ਇੰਨੀ ਸੀ, ਬਾਕੀ ਉਹ ਜਿਹੜਾ ਸਟੈਂਡ ਲਿਆ ਉਹਨਾਂ ਨੇ ਉਹ ਬਿਲਕੁਲ ਸੇਮ ਉਹੀ ਗੱਲ ਉਹਨਾਂ ਨੇ ਦੁਹਰਾਈ। ਜਿਹੜਾ ਉਹਨਾਂ ਨੇ ਕਿਹਾ ਕਿ ਜਿਹੜਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਿਹੜੀਆਂ ਸੂਚੀਆਂ ਦੇ ਵਿੱਚ ਜਿਹੜਾ ਵਰਤਮਾਨ ਸਮੇਂ ਦੇ ਵਿੱਚ ਹੁਣ ਜ਼ਰੂਰਤ ਜਿਹੜੀ ਹੈਗੀ ਹੈ ਉਸਨੂੰ ਚੇਂਜ ਕੀਤੇ ਜਾਣ ਦੀ ਲੋੜ ਹੈ, ਤਾਂ ਇਸ ਦੇ ਵਿੱਚ ਕੀ ਕੁਝ ਜਿਹੜੀਆਂ ਮੰਗਾਂ ਹੈਗੀਆਂ ਕਿ ਜਿਹੜਾ ਸੂਬੇ ਨੂੰ ਵੱਧ ਤੋਂ ਵੱਧ ਅਧਿਕਾਰ ਮਿਲੇ, ਇਸ ਦੇ ਬਾਰੇ 'ਚ ਕਿਸ ਤਰ੍ਹਾਂ ਚਾਹੁੰਦੀ ਹੈ ਖਾਸ ਤੌਰ 'ਤੇ ਪੰਜਾਬ ਸਰਕਾਰ ਕਿ ਕਿਹੜੇ ਅਧਿਕਾਰ ਨੇ ਜਿਹੜੇ ਸਾਡੇ ਕੋਲ ਰਹਿਣੇ ਚਾਹੀਦੇ ਨੇ, ਜਿਹੜੀ ਉਮੀਦ ਕਰਦੇ ਹੋ ਕਿ ਕੇਂਦਰ ਤੋਂ ਮਿਲ ਸਕਦੇ ਨੇ? ਜੀ ਜੀ, ਅਸੀਂ ਜਿਹੜੀ ਸਭ ਤੋਂ ਪਹਿਲੀ ਗੱਲ ਡਿਪਟੀ CM ਸਾਹਿਬ ਨੇ ਕੀਤੀ ਹੈ, ਜਿਹੜੀ ਕਿ ਸਰਪ੍ਰਕਾਸ਼ ਸਿੰਘ ਬਾਦਲ ਕਾਫੀ ਲੰਬੇ ਅਰਸੇ ਤੋਂ, ਸ਼੍ਰੋਮਣੀ ਅਕਾਲੀ ਦਲ ਕਾਫੀ ਲੰਬੇ ਅਰਸੇ ਤੋਂ ਕਰਦਾ ਆ ਰਿਹਾ ਕਿ ਜਿਹੜੇ ਸਟੇਟ ਗਵਰਨਮੈਂਟ ਦੇ ਜਿਹੜੇ ਡਿਵੀਜ਼ਨ ਆਫ ਪਾਵਰਸ ਹੈ, ਉਹ ਅਸੀਂ ਇੱਕ ਵਾਰੀ ਕਰਤਾ ਕਿ ਆਹ ਸੈਂਟਰ ਦੇ ਸਬਜੈਕਟਸ ਆ, ਸਟੇਟ ਦੇ ਸਬਜੈਕਟਸ ਆ, ਇਹ ਕੰਕਰੰਟ ਸਬਜੈਕਟਸ ਆ। ਇੱਕ ਤਾਂ ਕੰਕਰੰਟ ਸਬਜੈਕਟਸ ਦੇ ਬਹੁਤੇ ਸਬਜੈਕਟਸ ਜਿਹੜੇ ਨੇ, ਜਿਹੜਾ ਸਾਂਝੀ ਸੂਚੀ ਜਿਹਨੂੰ ਕਹਿੰਦੇ ਹਾਂ, ਜਿਹਦੇ 'ਚ ਸੈਂਟਰ ਵੀ ਕਰ ਸਕਦਾ, ਸਟੇਟਸ ਵੀ ਕਰ ਸਕਦੀਆਂ, ਲੇਕਿਨ ਜੇ ਦੋਨੋਂ ਕਰਨਗੇ ਤਾਂ ਫਿਰ ਸੈਂਟਰ ਨੂੰ ਪ੍ਰਾਇੋਰਟੀ ਦਿੱਤੀ ਜਾਂਦੀ ਹੈ। ਤਾਂ ਇੱਕ ਤਾਂ ਸਾਡੀ ਇਹ ਹੈ ਕਿ ਜਿਹੜੇ ਕੰਕਰੰਟ ਲਿਸਟ ਦੇ ਉੱਤੇ ਸਬਜੈਕਟ ਨੇ ਉਹ ਸਾਰੇ ਸਟੇਟਾਂ ਨੂੰ ਦਿੱਤੇ ਜਾਣ, ਔਰ ਦੂਸਰਾ ਜਿਹੜੇ ਫੰਡ ਸੈਂਟਰ ਗਵਰਨਮੈਂਟ ਵੱਲੋਂ ਆਉਂਦੇ ਨੇ ਉਹ ਅਨਟਾਈਡ ਫੰਡਸ ਹੋਣ, ਯਾਨੀ ਕਿ ਉਹ ਸੈਂਟਰ ਫੰਡ ਦਿੰਦਾ, ਫੋਰ ਐਗਜ਼ਾਮਪਲ ਪੰਜਾਬ ਦੇ ਵਿੱਚ ਸਮੱਸਿਆ ਹੋਵੇ ਕੈਂਸਰ ਦੀ, ਉਹ ਦੇਣ ਦੇ ਮਲੇਰੀਆ ਵਾਸਤੇ 500 ਕਰੋੜ ਦਿੱਤਾ, ਉਹ ਮਲੇਰੀਆ ਦੀ ਜਿਹੜੀ
ਪ੍ਰੋਬਲਮ ਆ ਉਹ ਹੋ ਸਕਦਾ ਕੇਰਲਾ 'ਚ ਹੋਵੇ, ਹੋ ਸਕਦਾ ਬਿਹਾਰ 'ਚ ਹੋਵੇ, ਲੇਕਿਨ ਸਾਡੇ ਨਹੀਂ ਹੈ। ਇਸ ਤਰ੍ਹਾਂ ਹੀ ਕੁਛ ਗੱਲਾਂ ਇਸ ਤਰ੍ਹਾਂ ਹੀ ਹੁੰਦੀਆਂ ਜਿਹੜੀਆਂ, ਹੋ ਸਕਦਾ ਪੰਜਾਬ ਸਮੱਸਿਆ ਹੋਵੇ, ਬਾਹਰ ਨਾ ਹੋਵੇ, ਤਾਂ ਅਸੀਂ ਇਹ ਕਹਿੰਦੇ ਇੱਕ ਤਾਂ ਸਟੇਟ ਸਪੈਸੀਫਿਕ ਜਿਹੜੀਆਂ ਗ੍ਰਾਂਟਸ ਹੋਣੀਆਂ ਚਾਹੀਦੀਆਂ, ਦੂਸਰੀਆਂ ਇਹਨਾਂ ਉੱਤੇ ਬੰਦਿਸ਼, ਤੁਸੀਂ ਪੈਸੇ ਦਿਓ ਜਿੰਨੇ ਦੇਣੇ ਆ, ਡਿਸਾਈਡ ਕਰ ਲਓ ਵੀ ਇਸ ਸਟੇਟ ਦੇ ਇੰਨੇ ਪੈਸੇ ਬਣਦੇ ਆ, ਉਹ ਫਿਰ ਪੈਸੇ ਸਟੇਟ ਨੂੰ ਦੇ ਦਿਓ, ਉਹ ਸਟੇਟ ਗਵਰਨਮੈਂਟ ਨੂੰ ਅਧਿਕਾਰ ਦਿਓ ਕਿ ਉਹ ਆਪਣੇ ਲੋਕਾਂ ਦੀਆਂ ਮੰਗਾਂ ਦੇ ਹਿਸਾਬ ਦੇ ਨਾਲ ਸਕੀਮਾਂ ਬਣਾਉਣ ਔਰ ਉਹ ਪੈਸੇ ਉੱਥੇ ਯੂਜ਼ ਕਰਨ। ਉਹ ਕਰਦੇ ਕਿ ਨੇ ਪੈਸੇ ਦੇ ਦੇ, ਉਹ ਸੈਂਟਰ ਇਹ ਕਹਿੰਦਾ ਕਿ ਅਸੀਂ ਦੱਸਾਂਗੇ ਕਿ ਤੁਹਾਡੀ ਸਾਡੀ ਸਟੇਟ ਨੂੰ ਕਿਹੜੀ ਸਕੀਮ ਦੀ ਲੋੜ ਹੈ। ਉਹ ਸਟੇਟ ਗਵਰਨਮੈਂਟ ਫਿਰ ਕਾਹਦੇ ਵਾਸਤੇ ਹੋਈ? ਸਟੇਟ ਗਵਰਨਮੈਂਟ ਨੂੰ ਤਾਂ ਪਤਾ ਹੁੰਦਾ ਕਿਉਂਕਿ ਨੇੜੇ ਲੋਕਾਂ ਦੇ ਨਾਲ ਲੈਜਿਸਲੇਟਰ ਜਿਹੜੇ ਨੇ ਉਹ ਇੰਟਰੈਕਟ ਕਰਦੇ ਨੇ, ਔਰ ਲੋਕ ਸਟੇਟਸ ਦੀਆਂ ਸਮੱਸਿਆਵਾਂ ਸਟੇਟਸ ਤੋਂ ਵੱਧ ਕੌਣ ਸਮਝ ਸਕਦਾ? ਅਤੇ ਇਹ ਤਾਂ ਹੋ ਵੀ ਨਹੀਂ ਸਕਦਾ ਕਿ ਜਿਹੜੀ ਕਿਸੇ ਵੀ ਸਟੇਟ ਦੀ ਸਮੱਸਿਆ ਹੈ ਉਹਨੂੰ ਸੈਂਟਰ 'ਚ ਬੈਠੇ ਬੰਦੇ ਜ਼ਿਆਦਾ ਸਮਝਦੇ ਹੋਣ। ਸੋ ਇਹ ਦੂਜਾ, ਇਹ ਤੀਸਰਾ ਇਹ ਕਿ ਜਿਹੜੇ ਫੋਰ ਇਗਜ਼ਾਮਪਲ ਅੱਗੇ ਆਰਟੀਕਲ 356 ਜਿੰਨੀ ਸ਼ੇਪ ਸੀਗਾ ਉਹਨੂੰ NDA ਨੇ ਕਾਫ਼ੀ ਉਹਨੂੰ ਡਾਇਲੂਟ ਕਰਾਇਆ, ਆ ਕੇ ਉਹਦੇ 'ਚ ਕਾਫ਼ੀ ਫਰਕ ਪਾ ਤਾ, ਜਿਸ ਕਰਕੇ ਹੁਣ ਸਟੇਟ ਗਵਰਨਮੈਂਟ ਜਿਹੜੀ ਹੈ ਉਹਦੀ ਸਟੇਬਿਲਿਟੀ ਵੱਧ ਗਈ ਹੈ। ਲੇਕਿਨ ਕਿਸੇ ਟਾਈਮ ਇੱਦਾਂ ਹੁੰਦਾ ਸੀਗਾ ਕਿ ਹਰ ਦੂਜੇ ਤੀਸਰੇ ਦਿਨ ਹੀ ਜਿਹੜਾ ਦਿਲ ਕੀਤਾ ਉਹਨੂੰ ਡਿਸਮਿਸ ਕਰਤਾ, ਜਿਹਨੂੰ ਦਿਲ ਕੀਤਾ ਲਾਤਾ, ਜਿਹਨੂੰ ਦਿਲ ਕੀਤਾ ਲਾਤਾ। ਉਹ ਗੱਲਾਂ ਜਿਹੜੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ। ਲੇਕਿਨ ਇਹਦੇ ਵਾਸਤੇ ਸਿਰਫ ਇਹ ਨਹੀਂ ਕਿ ਕਿਸੇ ਪ੍ਰਾਈਮ ਮਿਨਿਸਟਰ ਜਾਂ ਕਿਸੇ ਗਵਰਨਮੈਂਟ ਆਫ ਇੰਡੀਆ ਦੇ ਮੂਡ ਉੱਤੇ ਡਿਪੈਂਡ ਕਰੇ, ਕੋਨਸਟੀਟਿਊਸ਼ਨਲ ਪ੍ਰੋਵੀਜ਼ਨਸ ਹੋਣੀਆਂ ਚਾਹੀਦੀਆਂ ਨੇ ਕਿ ਸਟੇਟ ਗਵਰਨਮੈਂਟ ਜਦੋਂ ਇੱਕ ਵਾਰੀ ਲੋਕਾਂ ਨੇ ਇਲੈਕਟ ਕਰਤੀ ਤਾਂ ਉਹਦਾ ਟੈਨਿਓਰ ਜਿਹੜਾ ਆ, ਅਨਲੈਸ ਕਿ ਕੋਈ ਫੋਰਨ ਇਨਵੇਜ਼ਨ ਹੋ ਗਿਆ ਜਾਂ ਇਸ ਤਰ੍ਹਾਂ ਦੇ ਹਾਲਾਤ ਹੋਏ, ਉਹਨਾਂ ਨੂੰ ਛੱਡ ਕੇ ਅਦਰਵਾਈਜ਼ ਉਹਨਾਂ ਨੂੰ ਬਿਲਕੁਲ ਜਿਹੜਾ ਹੈਗਾ ਉਹ 5 ਸਾਲ ਦੀ ਟੈਨਿਓਰ ਜਿਹੜੀ ਉਹਨੂੰ ਉਹਦੇ ਵਿੱਚ ਉਹ ਪੂਰਾ ਕਰਨਾ ਦੇਣਾ। ਇਸ ਤਰ੍ਹਾਂ ਕੁਝ ਹੋਰ ਮੰਗਾਂ ਵੀ, ਠੀਕ ਹੈ, ਮੈਂ ਇਸ 'ਤੇ ਵੀ ਆਊਂਗਾ, ਉਹ ਕਾਫੀ ਪਰ ਜਿਹੜਾ ਠੀਕ ਹੈ ਕਾਫੀ ਜਿਹੜੇ ਮੁੱਦੇ ਰੱਖੇ ਜਿਹੜੇ ਕਾਂਗਰਸ ਦੇ ਉੱਪਰ ਜਿਹੜਾ ਸਵਾਲ ਸ਼ੁਰੂ ਤੋਂ ਹੀ ਖੜਾ ਕੀਤਾ ਗਿਆ, ਜਿਹੜੀ ਸਪੀਚ ਸੀਗੀ ਉਪ ਮੁੱਖ ਮੰਤਰੀ ਸਾਹਿਬ ਦੀ, ਉਸਦੇ ਵਿੱਚ ਇਹ ਕਿਹਾ ਗਿਆ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਹੈ ਪਿਛਲੀ ਸਰਕਾਰ ਜਿਹੜੀ ਰਹੀ ਹੈ ਉਸਨੇ ਜਿਹੜੇ ਸੂਬੇ ਦੇ ਹੱਕਾਂ ਦੇ ਉੱਪਰ ਡਾਕਾ ਮਾਰਿਆ, ਇਹ ਸ਼ਬਦ ਜਿਹੜਾ ਇਹ ਕਿਹਾ ਗਿਆ, ਅਤੇ ਹੁਣ ਜਿਹੜਾ ਹੈ ਇਹ ਉਮੀਦ ਕੀਤੀ ਜਾ ਰਹੀ ਕਿ ਠੀਕ ਕੀਤਾ ਜਾਏਗਾ। ਇੰਦਰਜੀਤ ਸਿੰਘ ਜੀਰਾ ਜੀ, ਜਿਹੜਾ ਇਹ ਤੁਹਾਡੇ ਕੋਲ ਮੈਂ ਸਵਾਲ ਪੁੱਛਣਾ ਚਾਹੂੰਗਾ ਕਿ ਇਹ ਪਹਿਲਾਂ ਧਿਆਨ ਨਹੀਂ ਦਿੱਤਾ ਗਿਆ ਸੀ ਕਿ ਜਿਹੜਾ ਸੂਬਿਆਂ ਨੂੰ ਵੱਧ ਅਧਿਕਾਰ ਦਿੱਤਾ ਜਾਵੇ, ਹੁਣ NDA ਸਰਕਾਰ ਤੋਂ ਉਮੀਦ ਕੀਤੀ ਜਾ ਰਹੀ ਹੈ? ਬਲਵਿੰਦਰ ਜੀ, ਗੱਲ ਇਹ ਆ, ਪਹਿਲੀ ਤਾਂ ਗੱਲ ਇਹ ਕਿ ਸੁਖਬੀਰ ਸਿੰਘ ਬਾਦਲ ਜੀ ਦਾ ਇਹ ਗੱਲ ਕਿ ਗੱਲ ਕਰਕੇ ਉਦੋਂ ਬਾਅਦ ਮੁੱਕਰ ਜਾਣਾ, ਇਹ ਆਮ, ਇਹ ਪਹਿਲੀ ਗੱਲ ਨਹੀਂ ਗੀ। ਆਹ ਥੋੜ੍ਹੇ ਦਿਨ ਪਹਿਲਾਂ, ਕਿਉਂਕਿ ਜਿਹੜੀਆਂ ਨਿੱਕੀਆਂ ਮੋਟੀਆਂ ਉਹਨਾਂ ਕੋਲ ਗਲਤੀਆਂ ਹੋ ਜਾਂਦੀਆਂ, ਉਹਨਾਂ ਦੇ ਵੱਸ ਦਾ ਰੋਗ ਨਹੀਂ ਹੈਗਾ, ਕਿਉਂਕਿ ਨਸ਼ਾ ਹੀ ਇੰਨਾ ਹੈ, ਪਾਵਰ ਦਾ ਨਸ਼ਾ, ਪੈਸੇ ਦਾ ਨਸ਼ਾ, ਨਸ਼ੇ ਦਾ ਨਸ਼ਾ, ਕਿ ਉਹ ਗਲਤੀ 'ਤੇ ਗਲਤੀ ਉਹਨਾਂ ਕਰਨੀ ਹੈ। ਆਹ ਤੁਸੀਂ ਪਿਛਲੇ ਵੇਖਿਆ ਨਾ, ਬੰਦਾ ਸਿੰਘ ਬਹਾਦਰ ਨੂੰ ਪਹਿਲੀ ਪਾਤਸ਼ਾਹ ਹੀ ਬੋਲ ਗਏ, ਬਾਦਸ਼ਾਹ ਤਾਂ ਹੈਗਾ ਸੀ, ਪਾਤਸ਼ਾਹ ਤਾਂ ਗੁਰੂ ਨਾ ਪਾਤਸ਼ਾਹੀ ਤਾਂ ਜਿਹੜੀ ਪਹਿਲੀ ਗੁਰੂ ਨਾਨਕ ਦੇਵ ਜੀ ਹੋਏ ਨੇ, ਉਸ ਤੋਂ ਬਾਅਦ ਪਹਿਲਾਂ ਤੁਸੀਂ ਅੱਜ ਤੋਂ ਕਾਫੀ ਚਿਰ ਪਹਿਲਾਂ ਸਟੇਜ ਤੇ ਹੀ ਸੁਣਿਆ ਹੋਣਾ ਹੈ। ਗੱਲ ਕਾਹਦੇ ਬਾਰੇ ਕਰ ਰਹੇ ਨਹੀਂ ਆਪਾਂ, ਅੱਜ ਦੇ ਸੁਣਿਆ, ਮੈਂ ਗੱਲ ਕਰਨਾ ਚਾਹੁੰਦਾ, ਜੀਰਾ ਸਾਹਿਬ ਅੱਜ ਦੇ ਮੁੱਦੇ ਤੇ ਗੱਲ ਕਰੀਏ, ਪਰਸਨਲ ਸਬੋਰਟ ਸਾਨੂੰ ਤੁਸੀਂ ਬੁਲਾਇਆ, ਮੁੱਦੇ ਤੇ ਆ ਰਿਹਾ, ਮੈਂ ਮੁੱਦੇ ਤੇ ਆ ਰਿਹਾ ਜੀਰਾ ਸਾਹਿਬ, ਮੇਰੀ ਬੇਨਤੀ ਹੈ ਪਰਸਨਲ ਤੇ ਨਾ ਕੀਤੇ ਜਾਣ, ਕਿਸੇ ਤੇ ਆ ਰਿਹਾ ਵਿਅਕਤੀਤਵ ਨੂੰ ਲੈ ਕੇ ਕਮੈਂਟ ਨਾ ਕੀਤੇ ਜਾਣ ਕਿਸੇ ਸ਼ਖਸ ਦੇ। ਗੱਲ ਤਾਂ ਬੋਲਣ ਦੀ ਮੈਂ ਗੱਲ ਕਰ ਰਿਹਾ, ਨਹੀਂ ਗੱਲ ਤਾਂ ਮੈਂ ਮੰਨੇ ਨਹੀਂ, ਕਿਉਂ ਨਾ ਕੀਤੇ ਜਾਣ, ਬੋਲਣ ਦੀ ਗੱਲ ਹੈ, ਜਿਸ ਬੰਦੇ ਸਾਰੇ ਸਾਡੇ ਲਈ ਬਹੁਤ ਰਿਸਪੈਕਟ ਕਰੋ, ਮੈਂ ਇੱਕ ਸਿੰਘ ਬਹਾਦਰ ਨੂੰ ਪਾਤਸ਼ਾਹ ਉੱਥੇ ਕੀ ਕਰੇਗਾ, ਤੁਸੀਂ ਇੱਕ ਮੇਰੀ ਬੇਨਤੀ ਸਭਨੇ ਸਾਰੇ ਮਹਿਮਾਨਾਂ ਨੂੰ ਹੈ, ਔਰ ਇਹ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਸਾਹਿਬ, ਮੇਰੀ ਮੈਂ ਇੱਕ ਮਿੰਟ ਪਹਿਲਾਂ ਮੈਂ ਆਪਣੀ ਗੱਲ ਕਹਿ ਲਵਾਂ ਜੀਰਾ ਸਾਹਿਬ, ਮੇਰੀ ਸਾਰੇ ਮਹਿਮਾਨਾਂ ਨੂੰ ਬੜੀ ਬੇਨਤੀ ਹੈ, ਤੁਸੀਂ ਸਾਰੇ ਸਾਡੇ ਲਈ ਸਾਰੇ ਬਰਾਬਰ ਰਿਸਪੈਕਟਡ ਹੋ, ਤੁਸੀਂ ਸਾਡੇ ਸਾਰੇ ਲਈ ਬਰਾਬਰ ਰਿਸਪੈਕਟਡ ਹੋ, ਕਿਸੇ ਦੇ ਪਰਸਨਲ ਕਮੈਂਟ ਨਾ ਕੀਤੇ ਜਾਣ ਪਲੀਜ਼ ਜੀ। ਨਹੀਂ ਨਹੀਂ ਪਰਸਨਲ, ਇਹ ਪਰਸਨਲ ਤਾਂ ਹੁੰਦਾ ਜੇ ਕੋਈ ਆਮ ਬੰਦਾ ਹੈ। ਚੀਫ ਮਿਨਿਸਟਰ ਕੀ ਕਹਿ ਰਿਹਾ, ਤੁਸੀਂ ਸੁਖਬੀਰ ਸਿੰਘ ਬਾਦਲ ਤੇ ਬਹਿਸ ਰੱਖੋ, ਇੱਕ ਪਿੱਛੇ ਇੱਕ ਸੁਖਬੀਰ ਸਿੰਘ ਬਾਦਲ ਦੇ ਰੱਖੋ, 18 ਫਰਵਰੀ ਲੇਕਿਨ ਅੱਜ ਤੁਸੀਂ ਜਿਸ ਸਬਜੈਕਟ ਤੇ ਬੁਲਾਇਆ ਉਹਦੇ ਬਾਰੇ ਕਰ ਲਓ, 2001 ਨੂੰ ਵਾਜਪਾਈ ਸਾਹਿਬ ਆਏ ਸੀ, ਔਰ ਵਾਜਪਾਈ ਸਾਹਿਬ ਨੇ ਜਿਹੜੀ ਗੱਲ ਕਹੀ ਸੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸੀ ਜੀ, ਅੱਜ ਵੀ ਗੱਲ ਉਹੀ ਹੈ ਜੀ। ਵਾਜਪਾਈ ਨੇ ਕਿਹਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਬੜੇ ਵਧੀਆ ਬੰਦੇ ਨੇ, ਅਸੀਂ ਵੀ ਕਹਿੰਦੇ ਬਹੁਤ ਵਧੀਆ ਬੰਦੇ ਨੇ, ਸਟੇਜ ਤੇ ਕਿਹਾ ਸੀ, ਬੜੇ ਵੱਡੇ ਇਕੱਠ 'ਚ ਕਿਹਾ ਸੀ, ਕਹਿੰਦੇ ਵੀ ਮੇਰੇ ਕੋਲ ਬਸਤੇ ਬੰਨ ਕੇ ਤਾਂ ਲੈ ਜਾਂਦੇ ਨੇ, ਪਰ ਜਾ ਕੇ ਇੰਨੀ ਗੱਲ ਹੀ ਕਹਿੰਦੇ ਨੇ, ਸਿਰਫ ਇੰਨੀ ਗੱਲ ਕਹਿੰਦੇ ਨੇ ਕਿ ਚਾਹ ਪੀ ਕੇ ਤੁਹਾਡੇ ਬਿਸਕੁਟ ਬੜੇ ਸਵਾਦ ਨੇ ਤੇ ਮੇਰੇ ਬੇਟੇ ਦਾ ਧਿਆਨ ਰੱਖਿਆ ਜੇ। ਹੁਣ ਸਿਰਫ ਇੰਨਾ ਹੁੰਦਾ ਇਹ, ਤੁਸੀਂ ਜੀ ਇੱਕ ਮਿੰਟ ਸਿਰਫ ਇਹ ਸਾਬਤ ਕਰ ਦੇਣ ਕਿ ਹੋਰ ਸਾਬਤ ਕਰ ਦੇਣ ਵੀ ਬਿਹਾਰੀ ਵਾਜਪਾਈ ਜੀ ਨੇ ਕਹੀ ਹੈ, 8 ਆ ਦੇਖੋ ਜੀ 8 ਜੁਲਾਈ ਦਾ ਅਖਬਾਰ ਕਰ ਦੇਣ, ਇੰਗਲਿਸ਼ ਅਖਬਾਰ ਹੈ ਉਹ ਲਿਆੜ ਉਹਦਾ, ਤੇ ਮੈਂ ਜੋ ਇਹ ਕਹਿ ਕੇ ਕਰਾਂਗਾ। ਦੇਖੋ ਵਿੱਚ ਨਾ ਬੋਲੋ, ਮੈਂ ਤੁਹਾਡੇ ਵਿੱਚ ਨਹੀਂ, ਤੁਸੀਂ ਗਲਤ ਗੱਲ ਕਰਨਾ ਨਾ, 8 ਜੁਲਾਈ ਦਾ ਅਖਬਾਰ ਹੈ, ਉਹਦੀ ਝੂਠ ਬੋਲੀ ਜਾਂਦਾ ਮੈਂ ਕਹਿੰਦਾ, 8 ਜੁਲਾਈ ਦਾ ਅਖਬਾਰ ਜਿਹੜਾ ਹੈ ਆ, ਹੁਣੇ ਟ੍ਰਿਬਿਊਨ ਜਿਹੜਾ ਇੰਗਲਿਸ਼ ਦਾ ਬੂਣੇ
ਉਹਨੂੰ ਪੜ੍ਹ ਲਓ, ਉਹਦੇ ਚ ਲੇਖ ਲੱਗਾ, ਟ੍ਰਿਬਿਊਨ ਬੜਾ ਵੱਡਾ ਅਖਬਾਰ ਹੈ। ਜੀਰਾ ਸਾਹਿਬ, ਜਿੱਥੇ ਜਿਹੜਾ ਅੱਜ ਮਹਿਸ ਜਿਹੜਾ ਅੱਜ ਆਪਾਂ ਮੁੱਦਾ ਲੈ ਕੇ ਆਇਆ ਜੀਰਾ ਸਾਹਿਬ, ਜਿਹੜਾ ਮੇਰੀ ਪਲੀਜ਼ ਮੇਰੀ ਜਿਹੜੀ ਅੱਜ ਦੀ ਰਿਕੁਐਸਟ ਸਾਰਿਆਂ ਨੂੰ ਹੈ, ਜੀ ਜੀਰਾ ਸਾਹਿਬ ਯਾਦ ਆ ਰਹੀ ਹੈ ਪਾਵਰ ਟੂ ਸਟੇਟ ਦੀ ਗੱਲ ਕਰ ਰਹੇ ਹਾਂ, ਉਸ ਦੇ ਬਾਰੇ ਪਲੀਜ਼ ਗੱਲ ਕੀਤੀ ਹੈ। ਮੈਂ ਇਹੋ ਕਹਿੰਦਾ ਕਰੇ ਕੌਣ, ਅਸੀਂ ਇੱਕ 73 ਚ ਮਤਾ ਲਿਆਂਦਾ ਅਨੰਦਪੁਰ ਸਾਹਿਬ ਦਾ ਮਤਾ, 78 ਚ ਅਸੀਂ ਅਨੰਦਪੁਰ ਸਾਹਿਬ ਦਾ ਮਤਾ ਲਿਆਂਦਾ, ਅਨੰਦਪੁਰ ਸਾਹਿਬ ਦੇ ਮਤੇ ਨੂੰ ਕੱਲ ਇਹਨਾਂ ਕਿਉਂ ਨਹੀਂ ਉਠਾਇਆ, ਵੱਖਵਾਦੀ ਵੱਖਵਾਦੀ ਨਹੀਂ ਖੜੇ, ਵੱਖਵਾਦੀ ਨਹੀਂ, ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਧ ਅਧਿਕਾਰਾਂ ਦਾ ਮਤਾ, ਅਨੰਦਪੁਰ ਸਾਹਿਬ ਦੇ ਮਤੇ ਵੱਧ ਅਧਿਕਾਰਾਂ ਦਾ ਮਤਾ ਹੈ, ਇਹ ਦੋਹਾਂ ਅਧਿਕਾਰਾਂ ਦੇ ਮਤੇ ਨੂੰ ਵੱਖਵਾਦੀ ਕਹਿ ਰਹੇ। ਮੈਂ ਸਾਹਿਬ ਚੁੱਪ ਕਰ ਜਾਓ, ਚੁੱਪ ਕਰ ਜਾਓ, ਤੁਹਾਡੀ ਜ਼ਬਾਨ ਬੰਦ ਹੋ ਰਹੀ ਹੈ, ਤੁਸੀਂ ਬੜੇ ਸਿਆਣੇ ਬੰਦੇ ਹੋ, ਤੁਸੀਂ ਬਹੁਤ ਸਿਆਣੇ ਬੰਦੇ ਹੋ, ਮੈਂ ਉਸੇ ਬੈਂਸ ਸਾਹਿਬ, ਤੁਹਾਡੀ ਵਾਰੀ ਆਵੇਗੀ, ਜੋ ਮਰਜ਼ੀ ਕਰ ਬੈਂਸ ਸਾਹਿਬ, ਮੈਨੂੰ ਉਹਨੂੰ ਇੱਕ ਵਾਰੀ ਉਹਨਾਂ ਨੂੰ ਆਪਣੀ ਗੱਲ ਕਹਿ ਲੈਣ ਦਿਓ ਜਿਹੜੀ ਉਹ ਗੱਲ ਕਰ ਰਹੇ ਨੇ, ਠੀਕ ਹੈ, ਤੁਹਾਡੇ ਚ ਦਖਲ ਨਾ ਜੀ, ਮੈਂ ਤੁਹਾਡੇ ਕੋਲ ਵੀ ਆਉਂਗਾ ਬੈਂਸ ਸਾਹਿਬ, ਇੱਕ ਵਾਰੀ ਉਹਨਾਂ ਨੂੰ ਆਪਣੀ ਗੱਲ ਕਹਿ ਲੈਣ ਦਿਓ ਪਲੀਜ਼। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੀ ਵਾਜਪਾਈ ਦੀ ਸਰਕਾਰ ਰਹੀ 5 ਸਾਲ ਇਕਰਾ ਰਹੀ ਪਹਿਲਾਂ ਰਹੀ, ਉਦੋਂ ਇਹਨਾਂ ਨੂੰ ਇਹ ਵੱਧ ਅਧਿਕਾਰਾਂ ਦਾ ਚੇਤਾ ਨਹੀਂ ਆਇਆ, ਹੁਣ ਇਹਨਾਂ ਨੂੰ ਵੱਧ ਅਧਿਕਾਰਾਂ ਦਾ ਚੇਤਾ ਨਹੀਂ ਆਇਆ, ਉਹ ਅਨੰਦਪੁਰ ਸਾਹਿਬ ਦੇ ਮਤੇ ਦਾ ਇਹਨਾਂ ਨੂੰ ਚੇਤਾ ਨਹੀਂ ਆਇਆ, ਸਿਰਫ ਇੱਕ ਫਾਰਮੈਲਿਟੀ ਹੈ ਕਿ ਜਿਵੇਂ ਉਹਨਾਂ ਕਿਹਾ ਸੀ ਕਿ ਬਿਸਕੁਟ ਖਾ ਕੇ ਆ ਜਾਂਦੇ ਨੇ, ਹੁਣ ਵੀ 9 ਜੁਲਾਈ ਦਾ ਅਖਬਾਰ ਪੜ੍ਹ ਲੈਣ, ਇੰਗਲਿਸ਼ ਟ੍ਰਿਬਿਊਨ ਨੇ ਬੜਾ ਕਲੀਅਰ ਕੱਟ ਲਿਖਿਆ, ਉਹਨਾਂ ਦਾ ਸਭ ਤੋਂ ਵੱਡਾ ਅਖਬਾਰ ਹੈ, ਲੇਖ ਲਿਖਿਆ ਮੇਰੇ ਕੋਲ ਹੈ, ਉਹਦੇ ਵਿੱਚ ਪੜ੍ਹ ਲੈਣ, ਉਹਨਾਂ ਲਿਖਿਆ ਕਿ ਬਾਦਲ ਸਾਹਿਬ ਇੱਕੋ ਗੱਲ ਉੱਥੇ ਜਾ ਕੇ ਕਹਿੰਦੇ ਨੇ, ਪਹਿਲਾਂ ਕਹਿੰਦੇ ਸੀ ਸੁਖਬੀਰ ਬਾਦਲ ਦੀ ਨੌਕਰੀ ਬਹਾਲ ਚਾਹੀਦੀ ਹੈ, ਹੁਣ ਕਹਿੰਦੇ ਨੇ ਕਿ ਮੇਰੀ ਨੌਕਰੀ ਨੂੰਹ ਦੀ ਬਹਾਲ ਚਾਹੀਦੀ ਹੈ। ਸਾਡੇ ਹੱਕ ਬਣਦਾ ਸੀ ਕਿ ਸਾਡੇ ਮੰਤਰੀ ਬਣਨੇ ਚਾਹੀਦੇ ਸੀ, ਸਾਡੇ ਦੋ ਦੋਸਤ ਮੁੱਛਾਂ ਨੂੰ ਤੇਲ ਲਾਈ ਫਿਰਦੇ ਸੀ ਔਰ ਚੁੱਕ ਕੇ ਲਿਆ ਕੇ ਸਰਦਾਰ ਬਾਹਰੋਂ ਬਣਾਤਾ, ਇੱਥੋਂ ਨਹੀਂ ਬਣਾਇਆ। ਇਸ ਕਰਕੇ ਇਹ ਤਾਂ ਸਿਰਫ ਉੱਥੇ ਇੱਕ ਫਾਰਮੈਲਿਟੀ ਕਰਨ ਜਾਂਦੇ ਨੇ, ਫਾਰਮੈਲਿਟੀ ਕਰਕੇ ਆ ਜਾਂਦੇ ਨੇ। ਹੁਣ ਵੀ ਜਿਹੜੇ ਉੱਥੇ ਮੀਟਿੰਗ ਹੋਈ ਹੈ, ਚੰਗੀ ਗੱਲ ਮੀਟਿੰਗ ਕੀਤੀ ਹੈ ਮੋਦੀ ਸਾਹਿਬ ਨੇ, ਚੰਗੀ ਗੱਲ ਕਰਨੀ ਚਾਹੀਦੀ ਸੀ, ਕੀਤੀ ਹੈ, ਪਰ ਉਹਦਾ ਅਸਰ ਕੀ, ਉਹਦੇ 'ਚ ਅਸੀਂ ਮੰਗਿਆ ਕੀ ਹੈ, ਉਹਦੇ 'ਚ ਅਸੀਂ ਕੀਤਾ ਕੀ ਹੈ, ਕੁਝ ਵੀ ਨਹੀਂ। ਅਸੀਂ ਗੱਲ ਕਰਦੇ ਜਿਹੜੀ ਅਸੀਂ ਲੜਾਈ ਲੜਦੇ ਰਹੇ ਹਾਂ, ਜਿਨ੍ਹਾਂ 'ਚ ਕਿੰਨੇ ਅਸੀਂ ਨੌਜਵਾਨ ਠੀਕ ਕਰਾਤੇ ਨੇ, ਠੀਕ ਹੈ, ਜਿਹੜੇ ਅਸੀਂ ਜੇਲ੍ਹਾਂ 'ਚ, ਠੀਕ ਹੈ, ਮੈਂ ਬਾਕੀ ਮਹਿਮਾਨਾਂ ਕੋਲ ਵੀ ਜਾਣਾ ਚਾਹੁੰਦਾ, ਠੀਕ ਹੈ ਜੀ ਸਰ, ਠੀਕ ਹੈ ਜੀ ਸਰ, ਲੈ ਜਾਣਗੇ ਜਦੋਂ ਇਹਨਾਂ ਦੀ ਛੁੱਟੀ ਹੋ ਜਾਊਗੀ, ਉਦੋਂ ਅਨੰਦਪੁਰ ਦਾ ਮਤਾ ਇਹਨਾਂ ਨੂੰ ਚੇਤੇ ਆ ਜਾਏਗਾ।